ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਜਸ ਕੈਮਰੇ ਦੀ ਨਜ਼ਰ। ਇਸ ਪ੍ਰੋਗਰਾਮ ਦੇ ਤਹਿਤ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾਉਣ ਦੀ ਕਿ ਕੁਝ ਵਾਪਰਿਆ ਪਿਛਲੇ ਵੀਕ ਨੌਰਥ ਅਮਰੀਕਾ ਦੇ ਅੰਦਰ। ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਦੇ ਨਾਲ। ਨਿਊਯਾਰਕ ਵਿਖੇ ਰਿਚ ਬੈਂਕੁਇਟ ਹਾਲ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਦੀ ਚੋਣ ਲੜ ਰਹੇ ਮਲਿੰਡਾ ਕੈਟਸ ਦੀ ਫੰਡ ਰੇਜ਼ਿੰਗ ਰੱਖੀ ਗਈ, ਜਿਸ ਵਿੱਚ ਜਰਨੈਲ ਸਿੰਘ ਗਿਲਜੀਆਂ ਰਿਚ ਦੇ ਮਾਲਕ ਅਤੇ ਨਾਲ ਹੀ ਪ੍ਰੋਫੈਸਰ ਸਲੂਜਾ, ਜਸਬੀਰ ਜੇ ਸਿੰਘ, ਕਈ ਉਂਗੀਆਂ ਸ਼ਖਸੀਅਤਾਂ ਪਹੁੰਚੀਆਂ। ਕੀ ਕੁਝ ਉਹਨਾਂ ਨੇ ਸੰਬੋਧਨ ਕੀਤਾ, ਆਓ ਵੇਖਦੇ ਹਾਂ ਸਾਡੇ ਸਹਿਯੋਗੀ ਨਵਨੀਤ ਸਿੰਘ ਦੀ ਇਹ ਰਿਪੋਰਟ। ਅਤੇ ਜਸ ਕੈਮਰੇ ਦੀ ਨਜ਼ਰ ਦੇ ਵਿੱਚ ਅੱਜ ਟੀਮ ਪਹੁੰਚੀ ਹੈ ਜੀ ਰਿਚ ਪੈਲੇਸ ਰਿਚਮੰਡ ਹਿੱਲ, ਜਿੱਥੇ ਤੁਹਾਨੂੰ ਅੱਜ ਅਸੀਂ ਮਿਲਵਾਵਾਂਗੇ, ਜੋ ਕਿ 25 ਜੂਨ ਨੂੰ ਡਿਸਟ੍ਰਿਕਟ ਅਟਾਰਨੀ ਦੇ ਲਈ ਚੋਣ ਲੜ ਰਹੇ ਹਨ ਮਲਿੰਡਾ ਕੈਟਸ। ਔਰ ਜੇਕਰ ਅਸੀਂ ਕੁਵਿਜ਼ ਦੀ ਗੱਲ ਕਰੀਏ ਤਾਂ ਹੁਣ ਸਭ ਤੋਂ ਅੱਗੇ ਹਨ ਇਸ ਟਾਈਮ ਰੇਸ ਦੇ ਵਿੱਚ, ਅਤੇ ਆਈ ਵੁੱਡ ਲਾਈਕ ਟੂ ਸਟਾਰਟ ਵਿਦ ਮਲਿੰਡਾ ਕੈਟਸ। ਸੋ ਵੀ ਸੈਡ ਨਾਓ ਯੂ ਆਰ ਬਿਕਮਿੰਗ ਆਰ ਵੋਇਸ ਐਂਡ ਥੈਂਕ ਯੂ ਫੋਰ ਬਿਕਮਿੰਗ ਆਰ ਵੋਇਸ। ਸੋ ਇਫ ਯੂ ਟਾਕ ਅਬਾਊਟ ਆਰ ਕਮਿਊਨਿਟੀ, ਸਿੱਖ ਕਮਿਊਨਿਟੀ, ਸੋ ਵਟ ਕਾਈਂਡ ਆਫ ਸਪੋਰਟ ਯੂ ਆਰ ਗੈਟਿੰਗ ਫਰੋਮ ਦੈਮ? The Sikh community has been an amazing friend to me, but also to the borough of Queens, in our economy, in our schools, and teaching culture to the folks in the borough of Queens. We are 190 countries, 200 languages, and the Sikh community has been an integral part of that. We're so proud of the fact that the pilot project of teaching the Sikh religion and teaching the Sikh culture is now in the school system in the borough of Queens, and we look forward to all of our children learning so much about the amazing culture that you bring here. What do you think, what are the issues of our Queens? Well, in the borough of Queens, clearly education is one of the biggest issues, clearly creating jobs. We are at one of the lowest unemployment boroughs in the entire city of New York. And clearly making people feel safe to be able to pray and speak and dress in whatever manner that they choose to. We are a borough that honors our parents and the parents before them, yet assimilate into the United States of America. Both are extremely important. And when anybody goes after one of us because of their culture or because of who they pray to, the borough stands together. And as the district attorney, I will stand with them. So what do you have to say for the host for tonight? I'm so honored by the host this evening, Jarnell Singh and Malini. I'm so honored to have the endorsements of the Indian Panorama and the Hindu newspaper. And it shows that our relationships have grown very deep. And I appreciate that, and I'm honored by that. They are deep for me as well. ਪ੍ਰੋਫੈਸਰ ਸਾਹਿਬ, ਕੀ ਲੱਗਦਾ ਕਿਹੜੇ ਕਿਹੜੇ ਇਸ਼ੂਜ਼ ਦੇ ਉੱਤੇ ਅਸੀਂ ਮਲਿੰਡਾ ਨੂੰ ਜਿਤਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ? ਮੇਰਾ ਖਿਆਲ ਹੈ ਸਭ ਤੋਂ ਜ਼ਿਆਦਾ ਤਾਂ ਹੈਗਾ ਕਿ ਜਿਹੜੇ ਸਾਡੇ ਹੱਕ ਹੈ ਉਹਨਾਂ ਦੀ ਰਾਖੀ ਹੋ ਸਕੇ, ਸਾਡੇ ਬੱਚਿਆਂ ਦੀ ਐਜੂਕੇਸ਼ਨ ਹੋ ਸਕੇ, ਸਾਡੇ ਨਾਲ ਕੋਈ ਵਿਤਕਰਾ ਨਾ ਹੋਵੇ। ਇਹਨਾਂ ਸਾਰਿਆਂ ਇਸ਼ੂਜ਼ ਉੱਤੇ ਹੀ ਫੋਕਸ ਕਰਨ ਦੀ ਲੋੜ ਹੈ, ਕਿਉਂਕਿ ਇਹ ਸਾਰੇ ਇਸ਼ੂਜ਼ ਜਿਹੜੇ ਹੈਗੇ ਜਿਸ ਵੇਲੇ ਡੀਏ ਬਣ ਜਾਂਦੇ ਅਤੇ ਇਹ ਇਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਣਗੇ, ਔਰ ਸਾਨੂੰ ਇਹਨਾਂ ਤੋਂ ਇਹੋ ਹੀ ਉਮੀਦ ਕਰਨੀ ਚਾਹੀਦੀ ਹੈ ਕਿ ਇਹਨਾਂ ਇਸ਼ੂਜ਼ ਉੱਤੇ ਇਹ ਕਮਿਊਨਿਟੀ ਨੂੰ। ਰਿਚਮੰਡ ਹਿੱਲ ਦੀ ਗੱਲ ਹੁੰਦੀ ਹੈ ਤਾਂ ਜਰਨੈਲ ਸਿੰਘ ਗਿਲਜੀਆ ਉਚੇਚੇ ਤੌਰ ਦੇ ਉੱਤੇ ਉਹਨਾਂ ਪ੍ਰੋਗਰਾਮਸ ਨੂੰ ਔਰਗਨਾਈਜ਼ ਕਰਾਉਂਦੇ ਹਨ, ਮਲਿੰਡਾ ਕੈਟਸ ਨੂੰ ਸਪੋਰਟ ਕਰਦੇ ਹੋਏ, ਉਹਨਾਂ ਦੀ ਹਿਮਾਇਤ ਕਰਦੇ ਹੋਏ ਨਜ਼ਰ ਆ ਰਹੇ ਹਨ। ਫੰਡ ਰੇਜ਼ਿੰਗ ਬਕਾਇਦਾ ਤੌਰ ਦੇ ਉੱਤੇ ਰਿਚ ਪੈਲਸ ਦੇ ਵਿੱਚ ਕਰਾਈ ਜਾਂਦੀ ਹੈ। ਕਿਉਂ ਜ਼ਰੂਰਤ ਪੈ ਰਹੀ ਹੈ ਮਲਿੰਡਾ ਕੈਟਸ ਨੂੰ ਅੱਗੇ ਲਿਆਉਣ ਦੀ ਔਰ ਉਹਨੂੰ ਜਿਤਾਉਣ ਦੀ? ਆਈ ਬਿਲੀਵ ਦਿਸ ਇਜ਼ ਕਿਊਨਸ ਕੌਂਟੀ, ਇਜ਼ ਬਿਗ ਕੌਂਟੀ, ਹੈਵ ਸੋ ਮੈਨੀ ਡਿਫਰੈਂਟ ਲੈਂਗੁਏਜ, ਸੋ ਮੈਨੀ ਡਿਫਰੈਂਟ ਪੀਪਲ, ਇਮੀਗ੍ਰੈਂਟ ਪੀਪਲ, ਹੈਵ ਸੋ ਮੈਨੀ ਡਿਫਰੈਂਟ ਮੰਦਰ, ਚਰਚ, ਮਸਜਿਦ ਐਂਡ ਡਿਫਰੈਂਟ ਲੈਂਗੁਏਜ, different children have many problem have in school. So I heard over there our community have also problem in the school, so I need a good district attorney to they can make it to everybody, to make a gesture to make everybody crime lower. Te hun mere naal Eric Kumar maujood han jo senior associate office of public engagement Kings County district attorney office ho, janan di koshish karde hain ki Melinda Cats nu jitaun di kyon zarurat hai sanu? Dekho sab to pehle te main just Punjabi de sare viewers nu sat sri akaal kahanga. Te ਵੀਰ ਜੀ, ਮਲਿੰਡਾ ਕੈਟਸ ਕੁਈਨਸ ਬੋਰੋ ਦੀ ਪ੍ਰੈਜ਼ੀਡੈਂਟ ਬਣੀ ਹੈਗੀ ਹੈ, ਅਤੇ ਜਿਹੜਾ ਸਾਡਾ ਕੁਈਨਸ ਬੋਰੋ ਹੈਗਾ ਇਹ ਬਹੁਤ ਡਾਇਵਰਸਿਫਾਈਡ ਬੋਰੋ ਹੈਗਾ। ਇੱਥੇ ਆਲਮੋਸਟ 140 ਕੰਟਰੀਆਂ ਦੇ ਡਿਫਰੈਂਟ ਕਰਕੇ ਰੈਜੀਡੈਂਟਸ ਇੱਥੇ ਆ ਕੇ ਰਹਿੰਦੇ ਹੈਗੇ ਆ। ਲੇਕਿਨ ਵਟ ਮਲਿੰਡਾ ਡਿਡ ਕਿ ਜਦੋਂ ਕੁਈਨਸ ਬੋਰੋ ਦੀ ਪ੍ਰੈਜ਼ੀਡੈਂਟ ਰਹੀ ਹੈਗੀ ਹੈ, ਉਹਨੇ ਸਾਰੀ ਕਮਿਊਨਿਟੀ ਨੂੰ ਜੋੜਿਆ ਹੈਗਾ, ਔਰ ਹਰ ਪਬਲਿਕ ਇਵੈਂਟ, ਹਰ ਕੋਈ ਤਿਉਹਾਰ, ਕੋਈ ਫੈਸਟੀਵਲ, ਇੰਡੀਅਨ ਦਾ ਜਿੰਨੇ ਵੀ ਵੱਡੇ ਵੱਡੇ ਤਿਉਹਾਰ ਹੈਗੇ ਉਹਨਾਂ ਨੂੰ ਉਹਨੇ ਸਪੋਰਟ ਕੀਤਾ ਹੈਗਾ। ਇੰਡੀਅਨ ਕਮਿਊਨਿਟੀ ਦੀ ਉਹ ਵੋਇਸ ਰਹੀ ਹੈਗੀ ਹੈ। ਸੋ ਹੁਣ ਉਹ ਨੈਕਸਟ ਸਟੈਪ ਲੈਣਾ ਚਾਹੁੰਦੀ ਹੈ ਕਿ ਡਿਸਟ੍ਰਿਕਟ ਅਟਾਰਨੀ ਲੈਣਾ ਚਾਹੁੰਦੀ ਹੈ। ਸੋ ਸਾਨੂੰ ਇਹੋ ਜਿਹੇ ਲੀਡਰ ਨੂੰ ਹੀ ਸਪੋਰਟ ਕਰਨਾ ਹੈ ਜਿਹਨੂੰ ਕਿ ਕੁਈਨਸ ਦੀ ਇੱਕ ਪੂਰੀ ਨੌਲੇਜ ਹੈਗੀ ਹੈ ਅਤੇ ਕੁਈਨਸ ਦੇ ਰੈਜੀਡੈਂਟ ਦੀ ਸਾਰੀ ਨੌਲੇਜ ਹੈਗੀ ਹੈ ਔਰ ਇੱਕ ਕੁਆਲੀਫਾਈਡ ਹੈ, ਸ਼ੀ ਇਜ਼ ਅ ਵੈਲ ਕੁਆਲੀਫਾਈਡ। ਸੋ ਮੈਂ ਸਾਰਿਆਂ ਨੂੰ ਕਹਾਂਗਾ ਜੂਨ 25 ਇਲੈਕਸ਼ਨ ਦਾ ਪਲੀਜ਼ ਮਲਿੰਡਾ ਕੈਟਸ ਨੂੰ ਜਾ ਕੇ ਸਪੋਰਟ ਕਰਨ।
ਮਨਪ੍ਰੀਤ ਅੱਜ ਤੁਹਾਡੀ ਵੀ ਬੁੱਕ ਬਕਾਇਦਾ ਤੌਰ ਦੇ ਉੱਤੇ ਮਲਿੰਡਾ ਨੇ ਇੱਥੇ ਲਾਂਚ ਕੀਤਾ ਔਰ ਨਾਲੇ ਵੂਮਨ ਐਮਪਾਵਰਮੈਂਟ ਦੀ ਉਹਨਾਂ ਨੇ ਗੱਲ ਕੀਤੀ ਅਤੇ ਕਿਵੇਂ ਬਿਲੀਵ ਕਰਦੇ ਹੋ ਲੋੜ ਹੈਗੀ ਆ ਸਾਨੂੰ ਅੱਜ ਹੀ ਡਿਸਟ੍ਰਿਕਟ ਅਟਾਰਨੀ ਦੀ ਸਾਡੇ ਕੁਈਨਸ ਦੇ ਵਿੱਚ? ਸਾਰੇ ਵਿਊਅਰਸ ਨੂੰ ਸਤਿ ਸ਼੍ਰੀ ਅਕਾਲ। ਐਂਡ ਬਿਲਕੁਲ ਸਾਨੂੰ ਇਹੋ ਜਿਹੀ ਲੋੜ ਹੈ, ਇਸ ਜਿਹੀ ਔਰਤਾਂ ਦੀ ਲੋੜ ਹੈ ਜੋ ਸਾਡੇ ਲਈ ਇਗਜ਼ਾਮਪਲ ਬਣ ਸਕਣ। ਐਂਡ ਸਪੈਸ਼ਲੀ ਉਹ ਡਾਇਵਰਸਿਟੀ ਲਈ ਸਟੈਂਡ ਕਰਦੇ ਨੇ, ਐਂਡ ਡਾਇਵਰਸਿਟੀ ਸਾਡੇ ਵਰਲਡ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ। ਐਂਡ ਆਈ ਫੀਲ ਲਾਈਕ ਵੀ ਕਮ ਫਰੋਮ ਆਲ ਅਰਾਊਂਡ ਦ ਵਰਲਡ, ਸੋ ਵੀ ਨੀਡ ਵੂਮੈਨ ਹੂ ਕੈਨ ਸਟੈਂਡ ਫੋਰ ਦੈਟ ਐਂਡ ਸਟੈਂਡ ਫੋਰ ਰਾਈਟਸ ਫੋਰ ਸੱਚ ਐਜ਼ ਐਜੂਕੇਸ਼ਨ ਐਂਡ ਹਿਊਮਨ ਰਾਈਟਸ ਐਂਡ ਚਿਲਡਰਨ। ਸਿੱਖ ਕਮਿਊਨਿਟੀ ਕਹਿੰਦੀ ਕਿ ਸਾਨੂੰ ਵਧੀਆ ਡਿਸਟ੍ਰਿਕਟ ਅਟਾਰਨੀ ਚਾਹੀਦੀ ਹੈ ਜੋ ਕਿ ਸਾਡੇ ਇਸ਼ੂਜ਼ ਨੂੰ ਚੱਕ ਸਕੇ। ਭਾਰਤ ਦੇ ਇਸ਼ੂ ਕੀ ਹਨ, ਹਿੰਦੁਸਤਾਨ ਦੇ ਇਸ਼ੂ ਕੀ ਹਨ? ਹਮ ਹਿੰਦੁਸਤਾਨੀ ਤੋਂ ਐਡੀਟਰ ਨਾਲੇ ਇੰਡੀਆ ਡੇ ਪਰੇਡ ਲੌਂਗ ਆਈਲੈਂਡ ਦੇ ਪ੍ਰੈਜ਼ੀਡੈਂਟ ਜਸਬੀਰ ਜੇ ਸਿੰਘ ਵੀ ਮੌਜੂਦ ਹਨ। ਜੇ ਜੀ, ਕੀ ਲੱਗਦਾ ਕਿਹੜੇ ਕਿਹੜੇ ਇਸ਼ੂਜ਼ ਹਿੰਦੁਸਤਾਨ ਦੇ ਹੈਗੇ ਨੇ ਔਰ ਹਿੰਦੁਸਤਾਨੀਆਂ ਦੇ ਨੇ? ਪਹਿਲਾਂ ਤਾਂ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ, ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਪ੍ਰੋਫੈਸਰ ਸਲੂਜਾ ਦੇ ਸੱਦੇ 'ਤੇ ਇੱਥੇ ਮਲਿੰਡਾ ਕੈਟਸ ਦੀ ਸਪੋਰਟ 'ਤੇ ਆਇਆ। ਸਾਡੇ ਇਸ਼ੂਜ਼, ਕਿਉਂਕਿ ਕੁਈਨਸ ਕਾਊਂਟੀ ਬੜੀ ਡਾਇਵਰਸ ਕਾਊਂਟੀ ਹੈਗੀ ਹੈ ਅਤੇ ਸਾਡੇ ਸਾਰਿਆਂ ਦੇ ਅਲੱਗ ਅਲੱਗ ਇਸ਼ੂਜ਼ ਹੈਗੇ ਨੇ, ਪਰ ਜਿਹੜਾ ਮੇਨ ਇਸ਼ੂ ਜਿਹਦੇ ਕਾਰਨ ਅਸੀਂ ਚਾਹੁੰਦੇ ਹਾਂ ਕਿ ਮਲਿੰਡਾ ਕੈਟਸ ਡਿਸਟ੍ਰਿਕਟ ਅਟਾਰਨੀ ਬਣੇ, ਕਿਉਂਕਿ ਕ੍ਰਾਈਮ ਰੇਟ ਡੈਫੀਨੇਟਲੀ ਘੱਟ ਕਰ ਸਕਦੇ ਨੇ ਜੇ ਤੁਸੀਂ ਇਹਨਾਂ ਦਾ ਟਰੈਕ ਰੈਕਡ ਦੇਖੋ। ਅਤੇ ਇਹ ਹਮੇਸ਼ਾ ਤੋਂ ਹੀ ਲੋਕਾਂ ਵਾਸਤੇ, ਜਨਤਾ ਵਾਸਤੇ ਕੰਮ ਕਰਦੇ ਆਏ ਨੇ, ਅਤੇ ਆਈ ਐਮ ਸ਼ੋਰ ਕਿ ਫਿਰ ਉਹ ਵੀ ਕਰਨਗੇ। ਸੋ ਜਿਵੇਂ ਕਹਿਣ ਦਾ ਭਾਵ ਸੀਗਾ, ਸ਼ੀ ਵਿਲ ਟਰਾਈ ਟੂ ਫੋਕਸ ਔਨ ਐਜੂਕੇਸ਼ਨ, ਸ਼ੀ ਵਿਲ ਟਰਾਈ ਟੂ ਫੋਕਸ ਔਨ ਦੀ ਕ੍ਰਾਈਮ, ਅਤੇ ਤਾਂ ਕਿ ਜਿਹੜਾ ਕ੍ਰਾਈਮ ਦਾ ਗ੍ਰਾਫ ਹੈ ਉਹ ਖਤਮ ਹੋ ਸਕੇ। ਅਤੇ ਸਿੱਖ ਕਮਿਊਨਿਟੀ ਇਹੀ ਅੱਜ ਹਿਮਾਇਤ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ 25 ਜੂਨ ਨੂੰ ਜਦ ਚੋਣਾਂ ਹੋਣਗੀਆਂ ਤਾਂ ਮਲਿੰਡਾ ਕੈਟਸ ਨੂੰ ਡਿਸਟ੍ਰਿਕਟ ਅਟਾਰਨੀ ਬਣਾ ਕੇ ਕੁਈਨਸ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਉਹਨਾਂ ਨੂੰ ਡੈਜ਼ਿਗਨੇਸ਼ਨ ਦਿੱਤੀ ਜਾਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਸਲੇ ਹਨ ਕੁਈਨਸ ਦੇ ਉਹ ਖਤਮ ਹੋ ਸਕਣ। ਵਿਦ ਵੀਡੀਓ ਜਰਨਲਿਸਟ ਨਵਨੀਤ ਸਿੰਘ ਦੇ ਨਾਲ ਹਰਕੀਰਤ ਸਿੰਘ ਆਲੂਵਾਲੀਆ, ਜਸ ਪੰਜਾਬੀ ਲਈ। ਕੈਲੀਫੋਰਨੀਆ ਵਿਖੇ ਰੂਜ਼ਵੈਲਟ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਵਿੱਚ ਕੌਮ ਦੇ ਮੰਨੇ ਪ੍ਰਮੰਨੇ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਪਹੁੰਚੇ। ਅਤੇ ਸਾਡੇ ਬਿਊਰੋ ਚੀਫ ਜਗਦਾਰ ਚੱਗੀ ਨੇ ਕੀ ਕੁਝ ਕੈਦ ਕੀਤਾ ਆਪਣੇ ਕੈਮਰੇ ਦੇ ਵਿੱਚ, ਆਓ ਵੇਖਦੇ ਹਾਂ ਉਹਨਾਂ ਦੀ ਇਹ ਰਿਪੋਰਟ। ਤੁਸੀਂ ਮੇਰੇ ਆਪਣੇ ਹੋ, ਤੁਸੀਂ ਰੱਬ ਰੂਪ ਹੋ ਮੇਰੇ ਵਾਸਤੇ। ਪ੍ਰਬੰਧਕ ਵੀਰ ਤੁਹਾਨੂੰ ਬਹੁਤ ਪਿਆਰ ਨਾਲ ਕਹਿੰਦੇ ਨੇ ਸਾਰੇ, ਸੋ ਆਪਾਂ ਨੇ ਮਰਿਆਦਾ ਰੱਖਣੀ ਹੈ, ਇਹ ਗੁਰੂ ਦਾ ਸਤਿਕਾਰ। ਸਲਮਾ ਸਪੋਰਟਸ ਕਲੱਬ ਵੱਲੋਂ ਪਹਿਲਾਂ ਟੂਰਨਾਮੈਂਟ ਸਪੋਰਟਸ ਦਾ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਖੇਡਾਂ ਵੇਖਣ ਨੂੰ ਮਿਲੀਆਂ। ਵਾਲੀਬਾਲ, ਫੁੱਟਬਾਲ ਅਤੇ ਹੋਰ ਖੇਲਾਂ ਦੇ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਸੁਖਪਾਲ ਨਿੱਜਰ ਅਤੇ ਨਾਲ ਰਸ਼ਪਾਲ ਸਹੋਤਾ, ਜੋ ਕਿ ਇਸ ਪ੍ਰੋਗਰਾਮ ਦੇ ਔਰਗਨਾਈਜ਼ਰ ਸੀ, ਉਹਨਾਂ ਨੇ ਕੀ ਕੁਝ ਕਿਹਾ ਸਾਡੇ ਬਿਊਰੋ ਚੀਫ ਜਗਤਾਰ ਜੱਗੀ ਨੂੰ, ਆਓ ਵੇਖਦੇ ਉਹਨਾਂ ਦੀ ਇਹ ਰਿਪੋਰਟ। ਸੋ ਸਾਡੇ ਸਿਲਮੇ ਸ਼ਹਿਰ ਦੇ ਵਿੱਚ ਸਿਲਮਾ ਸਪੋਰਟਸ ਕਲੱਬ ਵੱਲੋਂ ਇਹ ਪਹਿਲਾ ਟੂਰਨਾਮੈਂਟ ਹੋ ਰਿਹਾ ਵਾ। ਇਹਦੇ ਵਿੱਚ ਸਾਕਰ, ਵਾਲੀਬਾਲ, ਰੱਸੇ ਦੀਆਂ ਟੀਮਾਂ ਅਤੇ ਉਹਨਾਂ ਦੇ ਬਹੁਤ ਵਧੀਆ ਮੈਚ ਹੋਇਆ ਜੀ। ਸਾਕਰ ਦਾ ਹੁਣੇ ਹੁਣੇ ਮੈਚ ਫਿਨਿਸ਼ ਹੋ ਕੇ ਹਟਿਆ, ਉਹਦੇ ਵਿੱਚ ਟਰਲਕ ਅਤੇ ਬੇਰੀਆ ਸਪੋਰਟਸ ਕਲੱਬ ਦੇ ਵਿਚਕਾਰ ਹੋਇਆ ਸੀ, ਉਹਦੇ ਵਿੱਚੋਂ ਬੇਰੀਆ ਜਿੱਤੀ ਆ। ਸੋ ਹੁਣ ਨਾਲ ਹੀ ਰੱਸੇ ਦਾ ਮੈਚ ਸ਼ੁਰੂ ਹੋਣ ਲੱਗੇ ਅਤੇ ਨਾਲ ਹੀ ਕਬੱਡੀ ਦੇ ਹੋ ਰਹੇ ਆ ਜੀ। ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿਲਮਾ ਸਪੋਰਟਸ ਕਲੱਬ ਦਾ, ਕਿਉਂਕਿ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ, ਸੋ ਆਪਣੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਲਾਇਆ। ਸੋ ਇਸ ਕਰਕੇ ਅਸੀਂ ਸੁਪਰ ਸਪੋਰਟਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। SM ਬ੍ਰਦਰਸ ਵੱਲੋਂ 10th ਟਰੇਡ ਫੇਅਰ ਲਗਾਇਆ ਗਿਆ, ਜਿਸ ਵਿੱਚ ਵੱਖ ਵੱਖ ਰਿਟੇਲਰਸ ਅਤੇ ਹੋਲਸੇਲਰ ਪਹੁੰਚੇ। ਫ੍ਰੈਜ਼ਨੋ ਕੈਲੀਫੋਰਨੀਆ ਵਿਖੇ ਕੀ ਕੁਝ ਵੇਖਣ ਨੂੰ ਮਿਲਿਆ, ਆਓ ਵੇਖਦੇ ਹਾਂ ਸਾਡੇ ਬਿਊਰੋ ਚੀਫ ਜਗਤਾਰ ਜੱਗੀ ਦੀ ਇਹ ਰਿਪੋਰਟ। ਹਾਂਜੀ ਭਾਅ ਜੀ, ਆਪਣਾ ਟਰੇਡ ਟੂ ਮਿਨਿਸਟਰ ਦੇ ਵਿੱਚ ਇਹ ਤੀਸਰਾ ਆ। ਪਹਿਲਾਂ ਆਪਾਂ 2 ਜਿੱਦਾਂ ਇਨ ਹਾਊਸ ਕੀਤੇ ਸੀਗੇ, ਜਿਹੜੇ ਵੇਅਰ ਹਾਊਸ 'ਤੇ ਕੀਤੇ ਸੀਗੇ, ਅਤੇ ਇਹ ਆਪਣਾ ਜਿਹੜਾ ਤੀਸਰਾ ਹੈਗਾ ਇੱਥੇ ਕੀਤਾ ਆਪਾਂ ਸਨਲਾਈਟ ਇੰਡੀਅਨ ਕੁਜ਼ੀਨ ਦੇ ਵਿੱਚ। ਅਤੇ ਇਹਦੇ ਵਿੱਚ ਆਪਣੇ ਕੋਲ 30 ਤੋਂ ਉੱਪਰ ਮੈਂਬਰਾਂ ਨੇ ਸਾਈਨ ਅਪ ਕੀਤਾ ਹੈਗਾ, ਅਤੇ ਕਾਫੀ ਡਿਸਕਾਊਂਟ ਪ੍ਰਾਈਸਿਸ ਹੈਗੀਆਂ ਅੱਜ, ਜਿਹੜਾ ਕਿ ਅਤੇ ਜਿੰਨੇ ਵੀ ਆਪਣੇ ਰੀਟੇਲਰ ਹੈਗੇ ਆ, ਗੈਸ ਸਟੇਸ਼ਨ, ਲਿਕਰ ਸਟੋਰ ਜਾਂ ਕੋਈ ਵੀ ਆਪਣਾ ਹੋਲਸੇਲ ਦਾ ਕੰਮ ਕਰਦਾ ਆ ਜਾਂ ਡਿਸਟ੍ਰੀਬਿਊਟਰ ਵੀ ਆ, ਉਹ ਵੀ ਆ ਕੇ ਅੱਜ ਇਹਨਾਂ ਸੇਲਾਂ ਦਾ ਫਾਇਦਾ ਉਠਾ ਸਕਦੇ ਆ। ਪੰਜਾਬੀ ਕਲਚਰ ਸੁਸਾਇਟੀ ਵੱਲੋਂ ਤੀਵਾਂ ਵਿਸਾਖੀ ਮੇਲਾ ਕਰਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਇਆ ਜਾਵੇਗਾ। ਭੰਗੜਾ, ਗਿੱਧਾ ਅਤੇ ਵੱਖ ਵੱਖ ਹੋਰ ਪ੍ਰੋਗਰਾਮ ਜਿਹੜੇ ਨੇ ਇਸ ਮੇਲੇ ਦੇ ਵਿੱਚ ਹੋਣਗੇ। 18 ਮਈ ਨੂੰ ਇਹ ਪ੍ਰੋਗਰਾਮ ਹੋਣ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਸ਼ੈਲਡਨ ਹਾਈ ਸਕੂਲ ਸੈਕਰਾਮੈਂਟੋ ਵਿਖੇ ਇਹ ਪ੍ਰੋਗਰਾਮ ਹੋਵੇਗਾ। ਕੀ ਕੁਝ ਕਿਹਾ ਔਰਗਨਾਈਜ਼ਰਸ ਨੇ, ਆਓ ਵੇਖਦੇ ਹਾਂ ਸਾਡੇ ਬਿਊਰੋ ਚੀਫ ਜਗਤਾਰ ਜੱਗੀ ਦੀ ਇਹ ਰਿਪੋਰਟ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਕਲਚਰਲ ਸੁਸਾਇਟੀ ਆਫ ਸੈਕਰਾਮੈਂਟੋ
ਬੜੇ ਮਾਣ ਦੇ ਨਾਲ ਬੜੇ ਸਤਿਕਾਰ ਦੇ ਨਾਲ ਆਪਣਾ 30ਵਾਂ ਸੱਭਿਆਚਾਰਕ ਮੇਲਾ ਕਰਵਾਉਣ ਜਾ ਰਹੀ ਹੈ, ਜਿਹੜਾ ਕਿ ਆਉਂਦੇ ਸ਼ਨੀਵਾਰ 18 ਮਈ ਸ਼ਾਮ ਨੂੰ 3 ਵਜੇ ਹੋਣ ਜਾ ਰਿਹਾ। ਇਹ ਸੰਸਥਾ ਨੋਨ ਪ੍ਰੋਫਿਟ ਹੈ ਔਰ ਇਹਦੇ ਵਿੱਚ ਬਹੁਤ ਸੀਮਿਤ ਜਿਹੇ ਬਜਟ ਦੇ ਵਿੱਚ ਅਸੀਂ ਪਿਛਲੇ 30 ਸਾਲਾਂ ਤੋਂ ਆਪਣੀ ਪੀੜ੍ਹੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜਦੇ ਹਾਂ ਔਰ ਇਸ ਸਾਲ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਤੁਹਾਡੇ ਸਾਰਿਆਂ ਦੇ ਆਉਣ ਦੀ ਸਾਨੂੰ ਆਸ ਰਹੇਗੀ ਔਰ ਅਸੀਂ ਆਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਜ਼ਰੂਰ ਪਹੁੰਚੋ। ਔਰ ਇਹ ਮੇਲਾ ਜਿਹੜਾ ਹੈ ਉਹ ਸ਼ੈਲਡਨ ਹਾਈ ਸਕੂਲ ਸੈਕਰਾਮੈਂਟੋ ਦੇ ਵਿੱਚ ਸ਼ਾਮ ਨੂੰ 3 ਵਜੇ ਹੋਣ ਜਾ ਰਿਹਾ, ਸੋ ਤੁਹਾਡਾ ਸਾਰਿਆਂ ਦੇ ਇੰਤਜ਼ਾਰ ਰਹੇ। ਲੈਂਸਿੰਗ ਮਿਸ਼ੀਗਨ ਵਿਖੇ ਨਗਰ ਕੀਰਤਨ ਕੱਢਿਆ ਗਿਆ, ਉੱਥੇ ਪਹੁੰਚੇ ਸਾਡੇ ਡਾਇਰੈਕਟਰ ਪ੍ਰੋਗਰਾਮਿੰਗ ਹਰਵਿੰਦਰ ਰਿਆੜ। ਕੀ ਕੁਝ ਕਹਿੰਦੇ ਹੋਏ ਔਰ ਕੀ ਕੁਝ ਕੈਦ ਉਹਨਾਂ ਨੇ ਕੀਤਾ, ਆਓ ਵੇਖਦੇ ਹਾਂ ਉਹਨਾਂ ਦੀ ਇਹ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਬਕਾਇਦਾ ਤੌਰ 'ਤੇ ਫਿਰ ਮੁੜ ਸਾਲ ਦੇ ਉਸ ਚੱਕਰ ਗੇਟ ਦੇ ਨਾਲ ਲੈਂਸਿੰਗ ਸ਼ਹਿਰ ਦੇ ਵਿੱਚ ਖਲੋਤੇ ਹਾਂ। ਅਮਰੀਕਾ ਦੀ 37ਵੀਂ ਸਟੇਟ, ਜਿਸ ਨੂੰ 37th ਸਟੇਟ ਕਿਹਾ ਜਾਂਦਾ, ਮਿਸ਼ੀਗਨ, ਜਿਹੜੀ 1847 ਦੇ ਵਿੱਚ ਹੋਂਦ ਵਿੱਚ ਆਈ ਔਰ ਲੈਂਸਿੰਗ ਜਿਹੜੀ ਹੈ ਉਹ ਉਸ ਦੀ ਰਾਜਧਾਨੀ ਹੈ ਔਰ ਇਸ ਲੈਂਸਿੰਗ ਨੂੰ ਮਿਡ ਮਿਸ਼ੀਗਨ ਕਿਹਾ ਜਾਂਦਾ। ਇਹ ਬਿਲਕੁਲ ਸੈਂਟਰ ਦੇ ਵਿੱਚ ਹੈ ਪਰ ਭਾਵੇਂ ਕਿ ਸਿੱਖ ਕੌਮ ਦੀਆਂ ਲੈਂਸਿੰਗ ਦੇ ਵਿੱਚ ਬਹੁਤ ਘੱਟ ਪਰਿਵਾਰ ਨੇ, ਕੋਈ 35 ਤੋਂ 40 ਪਰਿਵਾਰ ਨੇ, ਪਰ ਇੱਕ ਕੇਂਦਰ ਬਿੰਦੂ ਹੋਣ ਕਰਕੇ ਆਸ ਪਾਸ ਦੇ ਗੁਰੂ ਘਰ ਜਿਹੜੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਜਿਹੜੀ ਹੈ ਉਹ ਸਿੱਖ ਡੇ ਪਰੇਡ ਭਾਵ ਨਗਰ ਕੀਰਤਨ ਬਹੁਤ ਹੀ ਡਿਸਿਪਲਨ ਢੰਗ ਨਾਲ ਕੱਢਿਆ ਜਾਂਦਾ। ਸਾਡੀਆਂ ਸਾਂਝਾਂ ਪਿਛਲੇ ਤਕਰੀਬਨ 4 ਸਾਲ ਤੋਂ ਇਸ ਲੈਂਸਿੰਗ ਸਿੱਖ ਡੇ ਪਰੇਡ ਨਾਲ ਬਣੀਆਂ ਹੋਈਆਂ ਨੇ ਔਰ ਇਸ ਵਾਰ 15ਵੀਂ ਸਿੱਖ ਡੇ ਪਰੇਡ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਬਹੁਤ ਹੀ ਵਡਮੁੱਲੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ ਔਰ ਜਿੱਥੇ ਮੈਂ ਸਮਝਾਂਗਾ ਕਿ ਇਹ ਇੱਕ ਬਹੁਤ ਹੀ ਵੱਡੀ ਅੱਜ ਦੇਣ ਹੈ ਕਿ ਅੱਜ ਪ੍ਰੋਗਰਾਮ ਦਾ ਜਿਹੜਾ ਆਗਾਜ਼ ਚੰਦ ਪਲਾਂ ਤੱਕ ਹੋਣ ਵਾਲਾ ਹੈ। ਸਾਡੇ ਕੋਲ ਇੱਥੇ ਦੇ ਸੈਨੇਟਰ ਮਿਸਟਰ ਰਿਕ ਜਾਨ ਉਹ ਪਹੁੰਚ ਚੁੱਕੇ ਨੇ, ਕਿਉਂਕਿ ਮੈਂ ਇਹ ਰਿਸ਼ਤਿਆਂ ਦੀਆਂ ਤੰਦਾਂ ਖਾਸ ਤੌਰ ਦੇ ਉੱਤੇ ਇਸ ਕਰਕੇ ਦੇਖਦਾ ਕਿ ਸਾਡੇ ਲੀਡਰਾਂ ਨਾਲੋਂ ਵੀ ਪਹਿਲਾਂ ਸੈਨੇਟਰ ਰਿਕ ਜਾਨ ਦਾ ਪਹੁੰਚਣਾ ਆਪਣੇ ਆਪ ਦੇ ਵਿੱਚ ਹੀ ਕਮਿਊਨਿਟੀ ਦੇ ਨਾਲ ਇੱਕ ਪਿਆਰ ਦੀ ਵੱਡੀ ਗਵਾਹੀ ਜਿਹੜੀ ਹੈ ਉਹ ਭਰਦਾ। ਮੈਂ ਧੰਨਵਾਦ ਕਰਨਾ ਚਾਹਾਂਗਾ ਲਾਡੀ ਮੁਲਤਾਨੀ ਹੋਰਾਂ ਦਾ, ਮੈਂ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਬਲਵੀਰ ਸਿੰਘ, ਸਰਦਾਰ ਬਖਸ਼ੀਸ਼ ਸਿੰਘ ਜੀ, ਅੰਕਲ ਬਲਵੀਰ ਸਿੰਘ ਜੀ, ਸਰਦਾਰ ਬਲਵੀਰ ਸਿੰਘ, ਸਰਦਾਰ ਗੁਰਦੇਵ ਸਿੰਘ, ਸਰਦਾਰ ਗੁਰਵਿੰਦਰ ਸਿੰਘ, ਸਰਦਾਰ ਜਸਵੰਤ ਸਿੰਘ, ਸਰਦਾਰ ਜਸਵਿੰਦਰ ਸਿੰਘ, ਕਮਲਜੀਤ ਸਿੰਘ ਜੀ, ਕਰਨੈਲ ਸਿੰਘ ਜੀ, ਕਸ਼ਮੀਰ ਸਿੰਘ ਜੀ, ਕੁਲਦੀਪ ਸਿੰਘ ਜੀ, ਨਿਸ਼ਾਨ ਸਿੰਘ ਜੀ, ਰਜਿੰਦਰ ਸਿੰਘ ਜੀ, ਐਸਪੀ ਸਿੰਘ ਜੀ ਔਰ ਸੁਖਜਿੰਦਰ ਸਿੰਘ ਜੀ। ਉਹਨਾਂ ਤੋਂ ਇਲਾਵਾ ਚੰਦ ਪਲਾਂ ਤੱਕ ਸਾਡੇ ਕੋਲ ਪਹੁੰਚਣ ਵਾਲੇ ਨੇ ਮਿਸਟਰ ਸੁਧਾਰਕਰ ਦਲੇਲਾ, ਜਿਹੜੇ ਕਿ ਕੌਂਸਲ ਜਨਰਲ ਆਫ ਇੰਡੀਆ ਸ਼ਿਕਾਗੋ ਆਫਿਸ ਦੇ ਵਿੱਚ ਨੇ। ਉਹ ਬਕਾਇਦਾ ਤੌਰ ਦੇ ਉੱਤੇ ਸਿੱਖ ਡੇ ਪਰੇਡ ਦੇ ਵਿੱਚ ਆਪਣੇ ਰਿਸ਼ਤਿਆਂ ਨੂੰ ਪਕੇਰਾ ਕਰਨ ਵਾਸਤੇ ਪਹੁੰਚਣ ਵਾਲੇ ਨੇ। ਸੋ ਸੈਨੇਟਰ ਰਿਕ ਜਾਨ ਸਾਡੇ ਨਾਲ ਨੇ। ਫਸਟ ਵੈਲਕਮ ਮਿਸਟਰ ਰਿਕ ਜਾਨ। Thank you. This is a wonderful festival here in Lansing, Michigan. Mr. Rick, you have the wonderful relation with the Sikh community. First, what do you feel about the Sikh community? The Sikh community is wonderful. I live just west of here, the Delta Township area, and they're preparing in 2 weeks to start a new temple. What's your basic experience in the politics, economy, all other things, you know, due to the township, you know? The Sikh community starts new businesses. Their wonderful children are going to our schools, and all legal immigration is welcome here in Michigan. I think so. You heard the worldwide, the Sikh community is helping all over the, where is the disaster in the worldwide. The first is the Sikh community is over there. In past, I think so, 6 months past, in Texas area over there, the Sikh community did a lot of help. And sometime we face the problem of about the identity, Sikh identity, and we face the something is discrimination in still this country. So what's your view about that? My view are
The Sikh community in my area are wonderful Americans, and I welcome more to move here. Thank you very much. Thank you very much. Sade naal ne Ladi Multani ji. Ladi Multani ji, tusi is shahar de naal Mr. Rick John ne aur hor jede sade official ne ਉਹਨਾਂ ਨਾਲ ਤੁਹਾਡੇ ਰਿਲੇਸ਼ਨਸ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ ਔਰ ਕੁਝ ਇਸ ਪਰੇਡ ਬਾਰੇ ਜ਼ਰੂਰ ਦੱਸੋ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਅੱਜ ਅਸੀਂ ਇੱਥੇ 15ਵੀਂ ਸਿੱਖ ਡੇ ਪਰੇਡ ਲੈਂਸਿੰਗ ਮਿਸ਼ੀਗਨ ਵਿੱਚ ਮਨਾ ਰਹੇ ਹਾਂ। ਗੁਰੂ ਦੀ ਕਿਰਪਾ ਹੈ ਸਾਰਿਆਂ 'ਤੇ, ਬਹੁਤ ਪਿਆਰ ਨਾਲ, ਬਹੁਤ ਮੁਹੱਬਤ ਨਾਲ ਸਾਰੇ ਰਲ ਮਿਲ ਕੇ ਇਹ ਪਰੇਡ ਮਨਾਉਂਦੇ ਨੇ ਪਿਛਲੇ 15 ਸਾਲ ਤੋਂ। ਜਿਸ ਤਰ੍ਹਾਂ ਰਿਕ ਨੇ ਹੁਣੇ ਕਿਹਾ ਕਿ ਅਸੀਂ ਨਵਾਂ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਵੀ ਜਲਦੀ ਸ਼ੁਰੂ ਕਰਨ ਲੱਗੇ, ਇੱਕ ਦੋ ਵੀਕ ਦੇ ਵਿੱਚ ਵਿੱਚ। ਸੋ ਐਜ਼ ਫਾਰ ਐਜ਼ ਰਿਲੇਸ਼ਨਸ ਆਰ ਕੰਸਰਨ ਵਿਦ ਰਿਕ ਐਂਡ ਅਦਰ ਕਮਿਊਨਿਟੀ, ਵੀ ਹੈਵ ਵੈਰੀ ਵੈਰੀ ਬਿਊਟੀਫੁਲ ਵੰਡਰਫੁਲ ਰਿਲੇਸ਼ਨ ਵਿਦ ਦ ਸਿਟੀ, ਵਿਦ ਦ ਸਟੇਟ, ਵਿਦ ਰਿਕ, ਵਿਦ ਸੈਨਟ, ਐਵਰੀਵਨ, ਐਂਡ ਦੇ ਆਰ ਵੈਰੀ ਕੋਆਪਰੇਟਿਵ ਵਿਦ ਅਸ, ਐਂਡ ਵੀ ਐਜ਼ ਅ ਕਮਿਊਨਿਟੀ ਆਲਸੋ ਗੋ ਆਊਟ ਆਫ ਅਵਰ ਵੇ to be part of this community, this state, and this country that Wonderful. We love. This is our beloved country. We love it, love the USA from bottom of our heart. We always say God bless America. Thank you. Yes. Thank you. Vaheguru ji ka khalsa, Vaheguru ji ki fateh. ਸਾਰੀਆਂ ਸੰਗਤਾਂ ਨੂੰ, ਜਿਸ ਤਰ੍ਹਾਂ ਕਿ ਅਸੀਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ, ਸਭ ਨੂੰ ਲੱਖ ਲੱਖ ਵਧਾਈ ਹੋਵੇ। ਸਾਡੇ ਨਾਲ ਸਾਰੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਸੰਯੋਗ ਹੈ, ਦੂਰੋਂ ਨੇੜਿਓਂ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਹਨ, ਖਾਸ ਕਰਕੇ ਸ਼ਿਕਾਗੋ, ਅਡਿਆਨਾ ਅਤੇ ਮਿਸ਼ੀਗਨ ਦੀਆਂ ਸਾਰੇ ਸ਼ਹਿਰਾਂ ਵਿੱਚੋਂ ਸੰਗਤਾਂ ਆਉਂਦੀਆਂ ਹਨ, ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੁੰਦੀਆਂ ਹਨ। ਅਸੀਂ ਜਸ ਪੰਜਾਬੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਕਿ ਹਰ ਸਾਲ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਹਨ। ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ, ਅਤੇ ਨਾਲ ਹੀ ਸਾਰੀਆਂ ਸੰਗਤਾਂ ਜਿਹੜੀਆਂ ਕਿ ਸਾਡੀ ਆਵਾਜ਼ ਵੀ ਸੁਣਦੀਆਂ ਹੋਣ, ਉਹਨਾਂ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਰੱਖੇ। ਜਿਸ ਤਰ੍ਹਾਂ ਕਿ ਰਿਆੜ ਸਾਹਿਬ ਨੇ ਦੱਸਿਆ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਵੀਂ ਬਣਾ ਰਹੇ ਹਾਂ, ਅਗਲੇ ਹਫ਼ਤੇ ਸਾਡੀ ਬਿਲਡਿੰਗ ਕੰਸਟਰਕਸ਼ਨ ਚਾਲੂ ਹੋ ਜਾਣੀ ਹੈ। ਅਸੀਂ ਸਾਰਿਆਂ ਅੱਗੇ ਬੇਨਤੀ ਕਰਨੀ ਹੈ ਕਿ ਜਿੰਨਾ ਵੀ ਹੋ ਸਕਦਾ ਹੈ, ਥੋੜ੍ਹਾ ਕਣਾ ਵੱਧ ਤੋਂ ਵੱਧ ਜੋ ਵੀ ਕੋਈ ਦੇ ਸਕਦਾ, ਜ਼ਰੂਰ ਦਾਨ ਦੇਣ ਦੀ ਕੋਸ਼ਿਸ਼ ਕਰਨੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਾਲਸਾ ਸਾਜਾਂ ਦਿਵਸ ਦੀ ਸਾਰੀ ਹੀ ਸਿੱਖ ਕਮਿਊਨਿਟੀ ਨੂੰ ਲੱਖ ਲੱਖ ਵਧਾਈ ਹੋਵੇ। 15ਵਾਂ ਨਾਗਰ ਕੀਰਤਨ ਜੋ ਸਾਡੇ ਸ਼ਹਿਰ ਦੇ ਵਿੱਚ ਬੜੇ ਸੁਚੱਜੇ ਢੰਗ ਨਾਲ ਪੰਜ ਪਿਆਰਿਆਂ ਦੀ ਗਵਾਹੀ ਹੇਠ, ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ, ਸਾਰੀ ਸੰਗਤ ਦੇ ਸਹਿਯੋਗ ਨਾਲ, ਲੈਂਸਿੰਗ ਦੀ ਕਮੇਟੀ ਦੀ ਸਾਰੀ ਘੱਲੋ ਘਰ ਦੇ ਨਾਲ ਜੋ ਮਨਾਇਆ ਜਾ ਰਿਹਾ ਹੈ ਇਸ ਨਗਰ ਕੀਰਤਨ ਦੀ, ਸਾਰੀ ਹੀ ਸਿੱਖ ਕਮਿਊਨਿਟੀ ਨੂੰ ਲੱਖ ਲੱਖ ਵਧਾਈ ਹੋਵੇ। ਜੋ ਵੀ ਸਾਡਾ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸੁਨੇਹਾ ਹੈ ਉਹ ਸਿੱਖਾਂ ਤੱਕ ਸਾਡਾ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪ ਵੀ ਸਾਡੇ ਦੱਸੇ ਹੋਏ ਕਾਰਜ 10ਵੇਂ ਪਾਤਸ਼ਾਹ ਦੇ ਪੂਰਨਿਆਂ ਉੱਤੇ ਚੱਲਣ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਸਾਡੇ ਆਉਣ ਵਾਲਾ ਭਵਿੱਖ ਜਿਹੜਾ ਹੈ ਉਸ ਨੂੰ ਸੰਭਾਲਣਾ ਸਾਡੇ ਵਾਸਤੇ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਜਿਹੜੀ ਕਿ ਵਧੀਆ ਤਰੀਕੇ ਦੇ ਨਾਲ ਨਹੀਂ ਚੱਲ ਰਹੀ, ਉਸ ਨੂੰ ਇਸ ਚੀਜ਼ ਨੂੰ ਦਿਖਾਉਣ ਵਾਸਤੇ ਜਿਹੜੇ ਵੀ ਨਗਰ ਕੀਰਤਨ ਹਰ ਸ਼ਹਿਰ ਦੇ ਵਿੱਚ, ਹਰ ਗੁਰੂ ਘਰ ਦੇ ਵਿੱਚ ਕੱਢਣੇ ਅਤੇ ਦਿਖਾਉਣੇ ਬਹੁਤ ਜ਼ਰੂਰੀ ਹਨ, ਕਿਉਂਕਿ ਇਸ ਸਦਕਾ ਆਉਣ ਵਾਲਾ ਟਾਈਮ ਜਿਹੜਾ ਹੈ ਅਸੀਂ ਸੰਭਾਲ ਸਕੀਏ। ਗੁਰੂ ਘਰ 'ਤੇ ਕੋਈ ਵੀ ਛੋਟਾ ਨਹੀਂ ਮੇਰੀਆਂ ਨਜ਼ਰਾਂ ਵਿੱਚ, ਅਤੇ ਭਾਵੇਂ ਜਿੱਥੇ 4 ਇੱਟਾਂ ਵੀ ਲੱਗੀਆਂ ਹਨ ਉਹ ਵੀ ਗੁਰੂ ਘਰ ਇੰਨਾ ਵੱਡਾ ਮੈਨੂੰ ਨਜ਼ਰ ਆਉਂਦਾ ਹੈ। ਐਡੇ ਐਡੇ ਵੱਡੇ ਗੁਰੂ ਘਰਾਂ ਦੀ, ਐਡੇ ਐਡੇ ਵੱਡੇ ਆਪਣੇ ਘਰਾਂ ਦੀ ਸਾਨੂੰ ਇੰਨੀ ਜ਼ਰੂਰਤ ਨਹੀਂ ਹੈ, ਜਿੰਨੀ ਕਿ ਸਾਨੂੰ ਆਉਣ ਵਾਲੀ ਆਪਣੀ ਨਿਊ ਜਨਰੇਸ਼ਨ ਨੂੰ ਬਚਾਉਣ ਦੀ ਜ਼ਰੂਰਤ ਹੈ। ਜਿਹੜਾ ਵੀ ਉਪਰਾਲਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਲੈਂਸਿੰਗ ਦੇ ਵਿੱਚ ਕੀਤਾ ਹੈ, ਇਸ ਉਪਰਾਲੇ ਦਾ ਸਦਕਾ ਇਹ ਸਾਰੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ। ਨਾਲ ਹੀ ਜਸ ਪੰਜਾਬੀ ਦੇ ਰਿਆੜ ਸਾਹਿਬ ਜੋ ਕਿ ਇੱਡੀ ਦੂਰ ਦੁਰਾਡਿਓਂ ਆ ਕੇ ਸਾਡਾ ਇੰਨਾ ਸਹਿਯੋਗ ਦਿੰਦੇ ਹਨ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹ ਪ੍ਰਗਤੀ ਉਮਰ ਅੰਬੜਾ ਬਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਮਹਾਰਾਜ ਜੀ ਦੀ ਪਵਿੱਤਰ ਪਾਵਨ ਰਸਨਾ ਤੋਂ ਬੁਲੰਦ ਕੀਤੀ ਹੋਈ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਸਰਬੱਤ ਸੰਗਤਾਂ ਨੂੰ 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਮੈਂ ਇਸ ਸਥਾਪਨਾ ਦਿਹਾੜੇ ਦੇ ਮੌਕੇ 'ਤੇ
ਸਰਬੱਤ ਸੰਗਤਾਂ ਦਾ ਮੈਂ ਵਧਾਈ ਦਿੰਦਾ ਹਾਂ।